ਸਾਈਕਲ ਕਿਹਨੂੰ ਵੇਚਿਆ ਤੈਨੂੰ ਇੰਨਾ ਪਤਾ ਲੈ ਨਾਲ ਲੈ ਕੇ ਚੱਲ ਸਾਈਕਲ ਦਾ ਕਿੰਨੀ ਦੇਰ ਤੋਂ ਕਰ ਰਹੇ ਚਿੱਟੇ ਦਾ ਸੇਵਨ? ਛੇ ਸਾਲ ਦਾ ਫਿਰ ਚੋਰੀਆਂ ਦੋ ਵਾਰ ਕੀਤੀ ਹਜੇ ਚੋਰੀਆਂ ਕਰ ਰਹੇ ਲੁੱਟਾਂ ਖੋਹਾਂ ਵੀ ਕੀਤੀਆਂ ਦੂਜਾ ਕਿੱਥੇ ਕਿੱਥੇ ਦਾ ਉਹ ਆਪਣੇ ਕੀ ਕਹਿੰਦੇ ਬੀ ਐਸ ਐਨ ਐਲ ਦੇ ਪਿਛਲੇ ਪਾਸੇ ਕਿੰਨੇ ਲੱਖ ਦੀ ਕਰ ਚੁੱਕੇ? ਕਿੰਨੇ ਕੁ ਲੱਖ ਦੀ ਕਰ ਚੁੱਕੇ ਸਮਾਨ? ਕਿੰਨੇ ਲੱਖ ਦਾ ਵੇਚ ਚੁੱਕੇ? ਲੱਖ ਲੁੱਖ ਦਾ ਵੀਰੇ ਗੇੜਾ ਵੇਚਿਆ ਹਲੇ 4-5 ਦਿਨ ਤੱਕ ਘਰੋਂ ਭੱਜੇ ਨੂੰ 5 ਸਾਲ ਤਾਂ ਅਗੇ ਪਹਿਲਾਂ ਨਸ਼ਾ ਕਰ 5 ਸਾਲ ਦਾ ਹੋ ਕਰੀ ਸੀਗੀ ਘਰੋਂ ਮਿਲ ਜਾਂਦਾ ਸੀਗਾ ਫਿਰ ਹੁਣ ਘਰੋਂ ਬੰਦ ਹੋ ਗਿਆ ਖਤਮ ਹੋ ਗਿਆ ਘਰ ਖਾਲੀ ਕਰਤਾ ਇਲਾਜ ਕਰਾਂਗੇ ਅੱਗੇ ਨੂੰ ਕਿਸੇ ਦੇ ਚੋਰੀ ਨੀ ਕਰੂ ਸਾਡੇ ਰੋਜ਼ ਕੰਧਾ ਟੱਪਦੇ ਨੇ ਅਸੀਂ ਪਿੰਡ ਚ ਰਹਿਣ ਨੂੰ ਵੀ ਦੁਖੀ ਆ ਰੋਡ ਤੇ ਘਰ ਆ ਉਰੇ ਚੱਕੀ ਤੇ 9:30 ਦਾ ਪਰਸੋਂ ਦਾ ਵੜਿਆ ਹੋਇਆ ਰਾਤ ਨੂੰ 2 ਤੱਕ ਇਹਨੇ ਚੋਰੀ ਕਰੀ ਆ ਜਿੰਨਾ ਸਮਾਨ ਇਹ ਤੋਂ ਢੋਇਆ ਗਿਆ ਅੰਦਰ ਏਸੀ ਲਾ ਕੇ ਬੈਠਿਆ ਕੈਬਨ ਜੇ ਉਹ ਚੋ ਪੈਸੇ ਚੱਕੇ ਨੇ ਲੋਹਾ ਕੁਛ ਵੀ ਨੀ ਇਹਨੇ ਸਾਡੇ ਅੰਦਰੋਂ ਲਿਆ 9:05 ਤੇ ਅਸੀਂ ਦੁਕਾਨ ਵਧਾਈ ਆ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਨੂੰ ਸੀਸੀਟੀਵੀ ਕੈਮਰੇ ਚ ਇੱਕ ਕੈਮਰਾ ਵੀ ਤੋੜਿਆ ਨੇ ਸੀਸੀਟੀਵੀ ਬਾਰੇ ਅੰਦਰ 2 ਕੈਮਰੇ ਤੇ ਉਹ ਇਹਨੂੰ ਪਤਾ ਨਹੀਂ ਸੀ ਉਹਨਾਂ ਬਾਰੇ ਉਹਨਾਂ ਚ ਇਹ ਆਇਆ ਅੰਦਰ 6-7 ਗੇੜੇ ਲਾਏ ਨੇ ਗੱਡੀ ਲਵੇ ਵੀ ਖੜਿਆ ਕੱਪੜੇ ਵੀ ਕੱਢ ਕੇ ਅੰਦਰ ਫਿਰਿਆ ਜਦੋਂ ਇਹਨੂੰ ਗਰਮੀ ਆਈ ਪਰ ਇਹਨੇ ਕੋਈ ਕਸਰ ਨਹੀਂ ਛੱਡੀ ਇਹਨਾਂ ਸਖਤ ਤੋਂ ਸਖਤ ਕਾਰਵਾਈ ਹੋਵੇ ਨਹੀਂ ਹਲੇ ਤਾਂ ਅਸੀਂ ਕਰਾਂਗੇ ਦਲਾ ਚਿੱਟੇ ਦਾ ਸੇਵਨ ਕਰਦਾ ਚਿੱਟੇ ਵਾਲੇ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਸਕਦੇ ਸੀ ਕੋਈ ਨੁਕਸਾਨ ਹੀ ਨੁਕਸਾਨ ਹੈ ਨਸ਼ਾ ਕਰ ਰਹੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਜਾਨਵਰ ਤੱਕ ਨਹੀਂ ਸਾੜਦੇ ਕੁੱਤੇ ਬਿੱਲੀਆਂ ਸਭ ਕੁਛ ਚੋਰੀ ਕਰ ਰਹੇ ਨੇ ਇਹ ਡੰਗਰ ਜੋ ਚੀਜ਼ ਇਹਨਾਂ ਦੇ ਹੱਥ ਲੱਗਦੀ ਹੈ ਚੋਰੀ ਕਰਦੇ ਨੇ